or Jen Sabde sponsor Brotra ji ne, Brotra ji sade great great sponsor hai. Main bahar khada si sa, meeting to bahar main nikliya. Main bilkul kal aaya si na meeting de vich. Kyun? Kyunki main bilkul nava si is business de vich. Main hale tak kise bande nu sponsor hi nahi kita si ga, inni sponsor kar nahi paya si ga. Main meeting de bahar khada si ga, Jen Sabde da itna circle banaya hoya si. Jen Sabde ne itna circle banaya hoya. ਔਰ ਮੈਂ ਥੋੜਾ ਦੂਰ ਹੋ ਕੇ ਖੜਾ ਹੋ ਗਿਆ ਉਹ ਸਰਕਲ ਦੇ ਵਿੱਚ ਨਹੀਂ ਖੜਾ ਹੋਇਆ ਜੈਨ ਸਾਹਿਬ ਕਹਿੰਦੇ ਤੂੰ ਵੀ ਨਜ਼ਦੀਕ ਆ ਜਾ ਯਾਰ ਮੈਂ ਵੀ ਨਜ਼ਦੀਕ ਆ ਕੇ ਉਹਨਾਂ ਦੀ ਦੋ ਚਾਰ ਗੱਲਾਂ ਜੋ ਵੀ ਉਹਨਾਂ ਨੇ ਕਹੀਆਂ ਮੈਂ ਆਪਣੇ ਸਰਕਲ ਦੇ ਵਿੱਚੋਂ ਮੈਂ ਸੁਣੀਆਂ ਤੇ ਮੈਨੂੰ ਬਾਅਦ 'ਚ ਜੈਨ ਸਾਹਿਬ ਨੇ ਤਾਂ ਜੱਫੀ ਪਾਈ ਔਰ ਕਹਿਣ ਲੱਗੇ ਕਿ ਸਤਿੰਦਰ ਕੀ ਸੋਚ ਰਿਹਾ ਸੀ ਦੂਰ ਖੜਾ ਮੈਂ ਫਿਰ ਨਹੀਂ ਕੁਛ ਬੋਲਿਆ ਕਹਿੰਦੇ ਇਹੀ ਸੋਚ ਰਿਹਾ ਸੀਗਾ ਨਾ ਕਿ ਇਹ ਇੰਨੇ ਬੰਦੇ ਕਿੱਥੋਂ ਆ ਜਾਂਦੇ ਨੇ ਕਿਵੇਂ ਬੰਦੇ ਸਪੋਂਸਰ ਹੋ ਜਾਂਦੇ ਨੇ ਮੈਂ ਕਿਹਾ ਐਗਜੈਕਟਲੀ ਮੈਂ ਇਹੀ ਸੋਚ ਰਿਹਾ ਸੀਗਾ 3 ਮਹੀਨੇ ਹੋ ਗਏ ਮੈਂ ਇੱਕ ਵੀ ਬੰਦੇ ਨੂੰ ਸਪੋਂਸਰ ਨਹੀਂ ਕਰ ਪਾਇਆ ਜਿਹਦੇ ਨਾਲ ਵੀ ਗੱਲ ਕਰਦਾ ਕੋਈ ਮੇਰੀ ਗੱਲ ਸੁਣਨ ਨੂੰ ਤਿਆਰ ਨਹੀਂ ਹੈਗਾ ਜੈਨ ਸਾਹਿਬ ਨੇ ਨਾ ਮੈਨੂੰ ਇੱਕ ਵਰਡਿੰਗ ਕਹੀ ਸੀਗੀ ਬੜਾ ਮੁਸ਼ਕਿਲ ਹੁੰਦਾ ਹੈਗਾ ਸ਼ੁਰੂਆਤ ਦੇ ਵਿੱਚ ਫੇਥ ਕਰਨਾ ਪਰ ਜਿਹੜੇ ਫੇਥ ਕਰ ਲੈਂਦੇ ਨੇ ਉਹੀ ਸਟੇਜਾਂ ਦੇ ਉੱਪਰ ਹੁੰਦੇ ਨੇ ਮੈਂ ਫੇਥ ਕੀਤਾ ਪਤਾ ਕੀ ਵਰਡਿੰਗ ਸੀ ਜੈਨ ਸਾਹਿਬ ਕਹਿੰਦੇ ਸਤਿੰਦਰ ਜੇ ਤੂੰ ਏਦਾਂ ਹੀ ਹਰ ਮੀਟਿੰਗ ਦੇ ਉੱਪਰ 1 ਸਾਲ ਆਉਂਦਾ ਰਿਹਾ ਤਾਂ ਤੇਰਾ ਵੀ ਬਹੁਤ ਵੱਡਾ ਗਰੁੱਪ ਹੋਏਗਾ ਔਰ ਮੈਂ ਮਨੀ ਮਨ ਸੋਚਿਆ ਕਿ ਯਾਰ ਮੈਂ ਕਿਸੇ ਬੰਦੇ ਨੂੰ ਗੱਲ ਕਰਦਾ ਉਹ ਤਾਂ ਮੇਰੀ ਗੱਲ ਸੁਣਦਾ ਨਹੀਂ ਔਰ ਇਹ ਕਹਿ ਰਹੇ ਨੇ ਕਿ ਤੂੰ ਲਗਾਤਾਰ 1 ਮਹੀਨਾ ਮੀਟਿੰਗ ਤੇ ਆਉਂਦਾ ਰਹੇਗਾ ਤਾਂ ਤੇਰਾ ਬਹੁਤ ਵੱਡਾ ਗਰੁੱਪ ਹੋਏਗਾ ਇਹ ਕਿੱਦਾਂ ਪੋਸੀਬਲ ਹੈ ਅਗਰ ਕੋਈ ਮੇਰੀ ਗੱਲ ਹੀ ਨਹੀਂ ਸੁਣੇਗਾ ਮੇਰੇ ਨਾਲ ਕੋਈ ਮੀਟਿੰਗ ਤੇ ਨਹੀਂ ਆਏਗਾ ਤਾਂ ਕਿੱਦਾਂ ਪੋਸੀਬਲ ਹੈ ਲੇਕਿਨ ਇਹ 1 ਸੈਕਿੰਡ ਦੇ ਵਾਸਤੇ ਮੇਰੇ ਇੱਥੇ ਨੈਗੇਟਿਵ ਥਾਟ ਆਇਆ ਸੀਗਾ ਜਿਹੜਾ ਮੈਂ ਕੱਢਤਾ ਕਿਉਂ ਕਿਉਂਕਿ ਮੈਂ ਕੰਪਲੀਟ ਸਬਮਿਸ਼ਨ ਦਿੱਤੀ ਹੋਈ ਸੀ ਆਪਣੀ ਅਪਲਾਈ ਨੂੰ ਕਿ ਜੋ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ ਮੈਂ 52 ਹਫ਼ਤੇ ਲਗਾਤਾਰ ਇਸ ਮੀਟਿੰਗ ਦੇ ਉੱਪਰ ਆਇਆ ਐਂਡ ਆਈ ਵਾਸ ਫਾਊਂਡਰ ਪਲੈਟੀਨਮ ਵਿਦ ਵਿਮਲ ਜੈਨ ਵਿਮਲ ਜੈਨ ਐਂਡ ਮੀ ਵੀ ਬੋਥ ਵਰ ਫਾਊਂਡਰ ਪਲੈਟੀਨਮ ਇਨ ਦ ਸੇਮ ਡੇ ਅਸੀਂ ਇੱਕੋ ਦਿਨ ਦੋਨੇ ਜਾਣੇ ਫਾਊਂਡਰ ਪਲੈਟੀਨਮ ਥੋੜਾ ਜਿਹਾ ਫੇਥ ਕਰਨਾ ਸਿੱਖੋ ਲੋਕੀ ਕੀ ਕਰਦੇ ਹੈਗੇ ਉਹਨਾਂ ਦਾ ਡਾਊਟ ਹੈ ਨਾ ਜਿਹੜਾ ਉਹ ਫੇਥ ਤੋਂ ਬਹੁਤ ਵੱਡਾ ਹੁੰਦਾ ਹੈ ਤਾਂ ਫੇਥ ਕਰੋ ਤੁਸੀਂ ਵੀ ਇੱਕ ਦਿਨ ਸਟੇਜ ਦੇ ਉੱਪਰ ਆ ਸਕਦੇ ਹੋ ਅਸੀਂ ਕੋਈ ਮਤਲਬ ਕੋਈ ਸਪੈਸ਼ਲ ਨਹੀਂ ਹੈਗੇ ਸਿਰਫ ਤੇ ਸਿਰਫ ਕੁਝ ਚੀਜ਼ਾਂ ਜੋ ਕਿ ਸਾਡੀ ਅਪਲਾਈਨਸ ਨੇ ਕਹੀਆਂ ਉਹਨਾਂ ਨੂੰ ਮੰਨਿਆ ਅਸੀਂ ਚਾਹੇ ਉਹ ਬੁੱਕ ਪੜ੍ਹਨ ਲਈ ਕਿਹਾ ਗਿਆ ਚਾਹੇ ਸੀਡੀ ਸੁਣਨ ਲਈ ਕਿਹਾ ਗਿਆ ਚਾਹੇ 100% ਪ੍ਰੋਡਕਟ ਯੂਜ਼ ਕਰਨ ਲਈ ਕਿਹਾ ਗਿਆ ਚਾਹੇ ਸਾਰੀਆਂ ਮੀਟਿੰਗਸ ਅਟੈਂਡ ਕਰਨ ਲਈ ਕਿਹਾ ਗਿਆ ਤੁਹਾਨੂੰ ਪਤਾ 23 ਜੂਨ ਨੂੰ ਇੱਕ ਬਹੁਤ ਵੱਡਾ ਸੈਮੀਨਾਰ ਹੋ ਰਿਹਾ ਲੁਧਿਆਣੇ ਦੇ ਵਿੱਚ ਸਮਰ ਕਾਨਫਰੰਸ ਹੈਗੀ ਹੈ ਸਟੇਡੀਅਮ ਬੁੱਕ ਕੀਤਾ ਹੋਇਆ ਹੈ ਪਾਵਰ ਫੈਕਟ ਸੈਮੀਨਾਰ ਹੋਏਗਾ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਔਰ ਕਈ ਵਾਰੀ ਇਹ ਜਦੋਂ ਆਪਾਂ ਸੁਣਦੇ ਹਾਂ ਕਿ 11 ਸੇ ਲੈ ਕੇ 5 ਵਜੇ ਤੱਕ ਬੈਠਣਾ ਪੜੇਗਾ ਮੈਂ ਕਹਿੰਦਾ ਨਹੀਂ ਨਹੀਂ ਤੁਸੀਂ ਥੋੜਾ ਟਾਈਮਿੰਗ ਹੈ 11 ਸੇ 5 ਬੈਠਣਾ ਤੋਂ ਆਪਕੋ 9 ਸੇ 6 ਪੜੇਗਾ ਔਰ ਮੈਨੂੰ ਬੜੀ ਮੈਂ ਬੜੀਆਂ ਪੂਰੀਆਂ ਪੂਰੀਆਂ ਗੱਲਾਂ ਸੁਣ ਕੇ ਮਲਹੋਤਰਾ ਸਾਹਿਬ ਦੀ ਇਸ ਸਟੇਜ ਦੇ ਉੱਪਰ ਆਇਆ ਹੀ ਇਜ਼ ਵੈਰੀ ਕਲੀਅਰ ਕੱਟ ਵੈਰੀ ਅਪਫਰੰਟ ਜੋ ਬੋਲਣਾ ਹੈ ਬੋਲ ਦਿੰਦੇ ਹੈ ਔਰ ਸ਼ਾਇਦ ਇਹ ਇਨਕੀ ਕਾਮਯਾਬੀ ਦਾ ਮਤਲਬ ਇੱਕ ਉਹ ਹੈ ਔਰ ਮੈਂ ਤਾਂ ਸਾਫ਼ ਕਹਿਣਾ ਕਿ ਜਾਂ 9 ਤੋਂ ਲੈ ਕੇ 6 ਵਜੇ ਤੱਕ ਆ ਜਾਓ ਉਸ ਦੇ ਉੱਪਰ ਔਰ ਆਪਣੀ ਜ਼ਿੰਦਗੀ ਬਦਲ ਲਓ ਜਾਂ ਫਿਰ ਬਹਾਨੇ ਮਾਰ ਲਓ ਬਹੁਤ ਸਾਰੇ ਇਤਨੀ ਦੇਰ ਬੈਠਣਾ ਪੜੇਗਾ ਮੈਂ ਕਹਿੰਦੀ ਹਮ ਤਾਂ ਸੁਸੂ ਕਰਨੇ ਵੀ ਨਹੀਂ ਜਾਂਦੇ ਓਨੈਸਟਲੀ ਓਨੈਸਟਲੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਪਾਣੀ ਨਹੀਂ ਪੀਂਦੇ ਸਾਨੂੰ ਪਤਾ ਹੈ ਕਿ ਇੱਥੇ 906 ਬੈਠਣਾ ਨੋ ਬ੍ਰੇਕ ਯੈਸ ਐਬਸੋਲੂਟਲੀ ਨੋ ਬ੍ਰੇਕ because we want to go diamond we want to go crown ambassador in this place. You cannot make two things simultaneously. Do cheezan kathiya nahi